ਪੰਜਾਬ ਵਿੱਚ ਕਰੋਨਾ ਵਾਇਰਸ ਕਾਰਨ ਮੌਤਾਂ ਤੇ ਸੱਜਰੇ ਮਾਮਲਿਆਂ ਦੇ ਰਿਕਾਰਡ ਤੋੜਨ ਦਾ ਅਮਲ ਜਾਰੀ ਹੈ ਲੰਘੇ 24 ਘੰਟਿਆਂ ਦੌਰਾਨ ਸੂਬੇ ਵਿੱਚ 23 ਮੌਤਾਂ ਹੋਈਆਂ ਹਨ ਅਤੇ 1063 ਸੱਜਰੇ ਕੇਸ ਸਾਹਮਣੇ ਆਏ ਹਨ ਸੂਬੇ ਵਿੱਚ ਹੁਣ ਤੱਕ 539 ਮੌਤਾਂ ਅਤੇ 21930 ਵਿਅਕਤੀ ਪ੍ਰਭਾਵਿਤ ਹੋ ਚੁੱਕੇ ਹਨ ਪੰਜਾਬ ਵਿੱਚ ਇਸ ਵੇਲੇ ਕੋਈ ਵੀ ਜ਼ਿਲ੍ਹਾ ਅਜਿਹਾ ਨਹੀਂ ਬਚਿਆ ਜੋ ਇਸ ਲਾਗਤ ਤੋਂ ਪ੍ਰਭਾਵਿਤ ਨਾ ਹੋਵੇ ਕਰੋਨਾ ਨੇ ਇੱਕ ਦਿਨ ਦੌਰਾਨ ਲੁਧਿਆਣਾ ਵਿੱਚ 9 ਅੰਮ੍ਰਿਤਸਰ ਅਤੇ ਜਲੰਧਰ ਵਿੱਚ ਤਿੰਨ ਤਨ ਫਤਿਹਗੜ ਸਾਹਿਬ ਅਤੇ ਨਵਾਂ ਸ਼ਹਿਰ ਵਿੱਚ 2-2 ਪਟਿਆਲਾ, ਕਪੂਰਥਲਾ, ਫਾਜ਼ਿਲਕਾ ਤੇ ਸੰਗਰੂਰ ਵਿੱਚ ਇੱਕ ਇੱਕ ਜਾਨ ਲੈ ਲਈ। ਸਿਹਤ ਵਿਭਾਗ ਮੁਤਾਬਕ ਲੁਧਿਆਣਾ ਵਿੱਚ ਸਭ ਤੋਂ ਵੱਧ ਮਾਮਲੇ ਆਉਣ ਦਾ ਅੰਕਲ ਹਲੇ ਵੀ ਜਾਰੀ ਹੈ। ਇਸ ਜ਼ਿਲ੍ਹੇ ਵਿੱਚ 296, ਪਟਿਆਲਾ 'ਚ 122, ਮੋਹਾਲੀ 'ਚ 77, ਜਲੰਧਰ 'ਚ 70, ਅੰਮ੍ਰਿਤਸਰ 'ਚ 67, ਗੁਰਦਾਸਪੁਰ 'ਚ 53, ਬਠਿੰਡਾ 'ਚ 49, ਪਠਾਨਕੋਟ 'ਚ 41, ਬਰਨਾਲਾ 'ਚ 37, ਸੰਗਰੂਰ ਤੇ ਰੋਪੜ ਵਿੱਚ 32-32, ਤਰਨਤਾਰਨ ਵਿੱਚ 29 ਫਤੇਗੜ ਸਾਹਾਬ ਤੇ ਕਪੂਰਥਲਾ ਵਿੱਚ 26 26 ਫਰੀਦਕੋਟ ਵਿੱਚ 19 ਫਾਜ਼ਿਲਕਾ ਵਿੱਚ 16 ਮਾਨਸਾ ਵਿੱਚ 15 ਮੋਗਾ ਵਿੱਚ 14 ਮੁਖਸਰ ਵਿੱਚ 13 ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਵਿੱਚ 11 11 ਤੇ ਫਿਰੋਜ਼ਪੁਰ ਵਿੱਚ 7 ਮਾਮਲੇ ਸਾਹਮਣੇ ਆਏ ਹਨ